ਅਕਾਲ ਸਾਰਿਆਂ ਨੂੰ। ਅੱਜ ਅਸੀਂ ਆਏ ਵੀਡੀਓ ਬਣਾਉਣ। ਆ ਦੇ ਸਾਡੀ ਪਿੰਡ ਦੀ ਹੈਡ, ਅਸੀਂ ਇੱਥੇ ਬਣਾਉਣੀ ਅੱਜ ਵੀਡੀਓ। ਹੈਡ ਦਿਖਾਉਣੇ ਤੁਹਾਨੂੰ। ਆਇਓ, ਇਹ ਹੈਡ ਜਲਾਲਾਬਾਦ ਨੂੰ ਜਾਂਦੀ ਆ ਸਿੱਧਾ। ਦਿਖਾਈ, ਉਹ ਜਲਾਲਾਬਾਦ ਨੂੰ ਜਾਂਦੀ। ਮੈਂ ਮਰ ਗਈ ਹਾਂ ਉੱਥੇ ਛਾਲ ਮਾਰ ਕੇ। ਤਾਂ ਜਮਾ ਹੀ ਮੈਂ ਕਹਿੰਦਾ ਇੱਥੇ ਛਾਲ ਮਾਰੀ ਜਲਾਲਾਬਾਦ ਜਾ ਕੇ। ਮੈਂ ਕਹਿੰਦਾ ਮਰਾਈ ਤੇ ਗਿਰ ਅੱਜ ਨੂੰ ਨਾ। ਉਹ ਦੇ ਮਾਰਨ ਦੇ ਲੱਛਣ ਮੋੜ ਦੇ ਵਿੱਚ ਲਈ ਜਾਂਦਾ। ਆ ਜਾ ਇੱਥੇ ਕਾ ਤੇ ਆ ਖੜਾ, ਆ ਕਾ ਖੜਾ, ਆ ਕਾ ਖੜਾ। ਇਹਦਾ ਮਰਨਾ ਬਹੁਤ ਸੋਹਣਾ ਹੁੰਦਾ। ਇਹਦੇ ਪਰਨੇ ਦੇ ਲੈ ਕੇ ਵਿੱਚ ਮਾਰ ਦੇ। ਕਿਉਂ ਮਾਰ ਦੇ? ਆ ਜਾ ਓਏ ਨਹਿਰ ਚ, ਨਹਿਰ ਚ, ਨਹਿਰ ਚ ਮਾਰ ਦੇ ਲੈ। ਕਿਉਂ ਆਪੇ ਉਹ ਪੌੜੀਆਂ ਲੱਗੀਆਂ ਸੋ ਪੌੜੀਆਂ ਜੜੇ ਹੈ। ਓਏ ਨਹੀਂ ਨਹੀਂ ਨਹੀਂ, ਕਹਦਾ ਛੱਤੀ ਮਾਰ ਦੇਣਾ। ਇਹਦਾ ਵੀ ਸਾਰੀ ਟੱਟੀ ਇੱਥੇ ਹੁੰਦੀ ਆ, ਸਾਰੀ ਟੱਟੀ ਮਾਰ ਦੇ ਨੂੰ ਕਿ ਕੋਈ ਨਾ ਚੱਕਰੀ ਨਹੀਂ ਕੋਈ ਹੈ ਦਲਪ੍ਰੀਤ। ਹਾਂ ਮਾਰ ਦੇ ਨੂੰ ਕਿ ਇਹਦਾ ਪਾਣੀ ਤੇ ਨਹਾਤਾ ਵੀ ਆ। ਨਹਾਤਾ? ਹਾਂ ਉਹਦੇ ਨਾ ਗਈ ਆ ਲੈ ਚ ਗੰਦਾ ਬਹੁਤ ਪਾਣੀ। ਹਾਂ ਇਹ ਆ ਗਿਆ ਮੋਟਰੇ ਮਾਰਨੇ ਬੱਚੇ। ਯਾਰ ਕੀ ਕਰੇ ਫਿਰ, ਮੋਸ਼ਨ ਕਦੇ ਕਦੇ ਫੜ ਲੈਂਦਾ ਪਰ ਹਟ ਵੀ ਆਂਦਾ। ਜਾ ਮੋਟਰ ਲੈ ਗਿਆ ਤਾਂ ਤਾਂ ਚੱਲਦੇ ਹਨ। ਹਾਲਾਂ ਤਾਂ ਨਹੀਂ ਪੀਣੀਆਂ ਤਾਂ ਚੜੀ ਦੇ ਜਾਂਦੇ ਆ। ਪਾਣੀ ਬਹੁਤ ਤੇਜ਼ ਆ ਬਈ ਥੱਲੋਂ ਦੀ। ਉਹ ਦਲਪ੍ਰੀਆ ਪਾਣੀ ਮੈਂ ਤਾਂ ਬਾਲਾ ਤੇ ਲੰਘਦਾ ਥੱਲੇ। ਬਾਲਾ ਤੇ ਆ ਪਾਣੀ ਦਾ ਬਈ, ਇੱਥੇ ਆਂਦਾ। ਇੱਧਰ ਦੇਖੋ ਤੁਸੀਂ, ਇੱਧਰ ਤਾਂ ਬਹੁਤ, ਇੱਥੋਂ ਐ ਜਾਂਦਾ। ਇੱਥੇ ਸੂਆ ਵੀ ਲੰਘਦਾ ਉੱਪਰੇ ਨੂੰ। ਇੱਥੇ ਗਾਈ ਬਥੇਰੀ ਯਾਰ ਸਾਡੇ, ਉਹ ਵੀ ਨੰਗੀਆਂ ਮੱਛੀਆਂ ਮੁੱਛੀਆਂ ਮੱਛੀਆਂ। ਇੱਕ ਵਾਰ ਕਹਿੰਦੇ ਵੀ ਇੱਥੇ ਉਹ ਆਇਆ ਸੀ ਮਗਰਮੱਛ, ਮਗਰਮੱਛ ਆਇਆ। ਇੱਥੇ ਜੰਗਲੀ ਸੂਰ ਵੀ ਆ, ਵੇਖ ਲੋ ਕਿੰਨਾ ਤੇ ਆ ਨਾ। ਹੁੰਦੇ ਆਂਦੇ ਵੀ ਆ ਇੱਥੇ ਸਾਰਾ, ਇੱਥੋਂ ਕਰਦੇ ਆ ਕੀ ਆ ਹੁੰਦਾ ਉਹ ਕਿੱਟਾ ਪੋਲੇ। ਨਹੀਂ ਤਾਂ ਉਧਰ ਸੂਆ ਵੀ ਲੰਘਦਾ ਵਾ ਤੇ ਵੇਖ ਲੋ ਦੀ ਨਹਿਰ। ਆ ਪਾਣੀ ਬਹੁਤ ਤੇਜ਼ ਆ ਬਈ, ਹੋਰ ਗੱਲ ਨਹੀਂ ਲਾ, ਬਾਲਾ ਤੇਜ਼ ਆ ਥੱਲੋਂ ਦੀ ਪਾਣੀ। ਆਵਾਜ਼ ਸੁਣ ਲੋ ਦੀ ਬਾਬੇ, ਸੱਪ ਦੇਖਿਆ ਸੀ ਇੱਥੇ ਉੱਡਾ ਸਾਰਾ ਸੱਪ ਦੀ ਪਾ ਮਾੜੀ ਜੀ ਨਿਕਲੀ ਪਾ ਅੱਡ ਥੱਲੇ ਚੱਲਦੇ। ਓਏ ਇਹਦਾ ਵਿੱਚ ਸੀ ਹਣਾ। ਹਾਂ ਉੱਧਰ ਵੇਖ, ਓਏ ਆ ਵੀ ਵਿੱਚ ਆਇਆ ਪਤਾ ਨਹੀਂ ਵਾਸਤੇ ਲੱਗਦਾ। ਫੇ ਜੁਆਕਾਂ ਵਾਸਤੇ ਮੇਰੇ ਹਮਣਾ ਨਾਲ ਲੈਣਗੇ। ਜੁਆਕਾਂ ਵਾਸਤੇ ਵੀ ਕਿੰਨੇ ਫੁੱਟ ਡੂੰਗੀ ਆ ਹੈ ਉਹ ਲਿਖਿਆ ਹੈ, ਇੰਨਾ ਫੁੱਟ ਡੂੰਗੀ ਆ ਆਵੇ 5.5 ਫੁੱਟ ਦੀ ਦੀਦੀ ਬਈ। 5.5 ਫੁੱਟ ਪਰ ਹੈ ਅੰਦਰੋਂ 7 ਫੁੱਟ। ਅੱਛਾ ਤੈਨੂੰ ਕੀ ਪਤਾ? ਅਸੀਂ ਪਹਿਲਾਂ ਬੋਰਡ ਐਕਸਚੇਂਜ ਕੀਤਾ ਬਾਬਾ ਲਿਖਿਆ ਹੋਇਆ ਐ ਮੈਨਾਂ ਜਾਣੇ ਬੋਰਡ ਐਕਸਚੇਂਜ ਕੀਤਾ। ਨਹਿਰ ਪਿੱਛੋਂ ਆਉਂਦੀ ਬਹੁਤ ਦੂਰੋਂ ਨਹਿਰ ਆ ਲਿਖਿਆ 7.76 ਫੁੱਟ। ਆਇਓ ਦਿਖਾਉਨੇ ਉਹ ਵੀ। ਅੱਛਾ ਸੂਆ ਵੀ ਲੰਘਦਾ ਵਾ ਇੱਕ, ਆ ਇਧਰ ਸੂਆ ਨਿਕਲਦਾ ਇੱਕ, ਆਹ ਇੱਕ ਉਧਰ ਵੀ ਆਵੇ ਸੂਆ, ਇਧਰ ਇੱਕ ਹੋਰ ਆ। ਇਹ ਤਾਂ ਸੂਈ ਆ ਕਿਹੜੀ? ਆਹ ਸੂਆ ਹੀ ਸਮਝ। ਇੱਥੇ ਵੀ ਵਾਹੇ ਬਹੁਤ, ਇੱਥੇ ਵੀ ਆਵੇ ਨਿੱਕੇ, ਆਵੇ ਲਿਖਿਆ ਹੋਏ ਤਾਂ ਲੈ ਕੇ ਆਵੇ ਆਵੇ ਲਿਖਿਆ ਕਿਹੜਾ ਵੇਗ ਫੁੱਲ ਸਪਲਾਈ ਗਿਆ 7.78 ਇੱਥੇ ਬਾਹਰ ਵੇਖੋ ਕਿਉਂ ਨਹਿਰ ਲੈ। ਇੱਧਰ ਇੱਕ ਆਹ ਸੂਆ ਲੰਘਦਾ ਫੱਟਾ ਵਾ, ਵੇਖ ਲਓ ਕਿੰਨਾ ਤੇਜ਼ ਆ ਪਾਣੀ। ਆਵਾਜ਼ ਨਹੀਂ ਪਤਾ ਲੱਗਿਆ, ਪਾਣੀ ਨਹੀਂ ਵੇਖ ਲਓ ਰਾ ਮਾਰੋ ਸਾਲਾ ਰਾਜੇ ਖੋਲੇ ਨਾ ਜਾ ਬੜਾ ਡੈਗ ਪੇ ਲੱਭੜੇ ਨਹੀਂ ਜਾ ਜਾ ਬੰਮ ਤਾਂ ਹੋ ਜਾਣਾ ਜੇ ਠੇਪਿਆ ਵੇਖੋ ਕਿਉਂ ਹੋਵੇ। ਉਹ ਆਪਣਾ ਪੈਂਟ ਵੀ ਦਿਖਾ ਉਹ ਕੀ ਥੱਲੇ ਹੋਇਆ ਉਹ ਵੇਖੀ ਉਹ ਆਪਣਾ ਬੜਾ ਪੈਂਟ ਵੀ ਦਿਖਾ ਲਿਆ ਪੈਂਟ ਆਪਣਾ ਬਹੁਤ ਜੂਨ ਕਰ ਥੜਾ ਜੂਨ ਜੂਨ ਹੀ ਆ ਵੇਖੋ ਏਅਰਪੋਰਟ ਤੇ ਪੱਥਰੀ ਕੀ ਆ ਨਾ ਇਹ ਆਇਓ ਹੁਣ ਆਪ ਦਿਖਾਉਨੇ ਆ ਰਹਿਣ ਦੇ ਆ ਗਿਆ ਉਹ ਆ ਜੋ ਵੇਖ ਲੋ ਉਹ ਤਾਂ ਕਦੂਰ ਤੱਕ ਨਹਿਰ ਇੱਕ ਆਹ ਸੂਆ ਜਾਂਦਾ ਇੱਕ ਉੱਧਰ ਸੂਆ ਜਾਂਦਾ ਵਾ ਤੇ ਉਹ ਬਾਈ ਬੈਠਾ ਤੇ ਵੀ ਇੱਥੇ ਦਰਾਂਤ ਦਰੁੱਤ ਨਹੀਂ ਵੱਢਣ ਦਿੰਦੇ ਨਿਗਾਹ ਰੱਖਦੇ ਆ ਆਹ ਬੜ ਦੋੜ ਤੇ ਨਿਗਾਹ ਰੱਖਦੇ ਵੀ ਇੱਕ ਵਾਰ ਮਾਮਾ ਵੇਖ ਲੋ ਉਹ ਮਾਮਾ ਇੱਥੇ ਬੈਠਾ ਤਾ ਉਹਦੇ ਦਿਖਦਾ ਵਾ ਉਹਨੂੰ ਜੂਮ ਕਰਕੇ ਦਿਖਾਉਂਦੇ ਆ ਪਰ ਅਸੀਂ ਉਹ ਰਿਹਾ ਮਾਮਾ ਇੱਥੇ ਵੀ ਉਹਦੀ ਡਿਊਟੀ ਲੱਗੀ ਆ ਜਿਹੜੇ ਉਹ ਤਾਂ ਆ ਤੁਹਾਨੂੰ ਬੋਰਡ ਦਿੰਦੇ ਆ ਇਹ ਸਾਰੀ ਜਿਹੜੀ ਆ 100 ਸਾਲ ਪੁਰਾਣੀ ਇੱਧਰ ਵੀ ਦਿਖਾ ਦਿਓ 100 ਸਾਲ ਪੁਰਾਣੇ ਆ ਤੇ ਆ ਆ ਵੇਖੋ ਗਾਈਸ ਆ ਦੇਖੋ ਗਾਈਸ ਇਹ ਲਾਲਾਂ ਕੱਢਦਾ ਐ ਐ ਰਗਣ ਦੇ ਆ ਦੇਖੋ ਮੂੰਹ ਦੇ ਲਾਲਾ ਗਾਈਸ ਜ਼ਹਿਰੀਲੇ ਤਾਂ ਹੀ ਤਾਂ ਤੁਸੀਂ ਮੂੰਹ ਨੂੰ ਲਾਈਏ ਨੇ ਹਨਾ ਉਹ ਲੜਤਾ ਨੇ ਆ ਜਿੱਥੇ ਵੀ ਜਾਂਦਾ ਚੱਲਿਆ ਮੋਟਰ ਜਿੱਥੇ ਵੀ ਜਾਂਦਾ ਧੱਕੇ ਨਾਲ ਮੋਟਰ ਵਿੱਚ ਚਾਬੀ ਫੜਨ ਜਣਾ ਦੀ ਮੋਟਰ ਸਾਈਕਲ ਚਲਾਉਣਾ ਵਾ ਉਹ ਨਾ ਡੈਗਣਾ ਬਈ ਚੱਕਣਾ ਅਸੀਂ ਵੀ ਨਹੀਂ ਆ
ਬੱਦਲ ਬਹੁਤ ਚੜਿਆ ਹੋਇਆ ਹੋਰ ਮੀਂਹ ਆ ਜਾਵੇ ਚੱਲ ਗਏ ਮੈਂ ਕਹਿੰਦਾ ਟਾਈਮ ਨਾ ਕਰੇ ਉਹਦੇ ਨਾਲ ਦਾ ਜਿਹੜਾ ਝੂਟੀ ਆਂਦਾ ਸੀ ਹਾਂ ਇੱਕ ਸੁਹਾ ਆਂਦਾ ਹਨਾ ਇਹ ਨਿੱਕਾ ਬੜਾ ਵਾ ਹਾਂ ਮੀਂਹ ਆ ਗਿਆ ਚੱਲ ਗਿਆ ਮੈਂ ਅਜੂ ਤਾਂ ਉਹੀ ਵੱਡਾ ਵਾ ਇਹ ਬੜਾ ਮੀਂਹ ਆ ਗਿਆ ਮੈਂ ਕਹਿੰਦਾ ਚੱਲਦੇ ਆ ਘਰ ਨੂੰ ਗਿਆ ਹੁਣ ਨਾ ਅੱਜ ਨਾ ਤਾਰਦੀ ਭਰਾਵਾ ਇੱਥੇ ਕੰਮ ਖਰਾਬ ਹੋ ਜੂਗਾ ਐਵੇਂ ਪਣੀਆਂ ਪੈਣ ਲੱਗ ਗਿਆ ਹੈ ਪਣੀਆਂ ਪਣੀਆਂ ਬਈਲੇ ਕੋਈ ਹੁੰਦਾ ਨਹੀਂ ਇੱਥੇ ਨਾ ਇਸ ਵੇਲੇ ਜਮਾਂ ਹੀ ਸੁਣ ਸੁਣਾ ਪਈ ਐ ਜਮਾਂ ਹੀ ਹਾਂ ਹੈ ਉਹ ਇੰਨਾ ਡੂੰਗਾ ਕਿੰਨਾ ਡੂੰਗਾ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਜਾ ਕੇ ਮੁੜਿਆ ਆਵੇਂਗਾ ਤੂੰ ਹਨਾ ਜਾ ਕੇ ਦਿਖਾਵਾਂ ਜਾ ਦੇਖ ਲੈਨੇ ਤੈਨੂੰ ਇਹ ਤਾਂ ਜਮਾਂ ਹੀ ਹਾਂ ਹਨਾ ਹਲਕੀ ਓ ਲੈ ਇੱਧਰ ਜਿੱਥੇ ਵੀ ਜਾਂਦਾ ਉੱਥੇ ਮੋਟਰ ਹੈ ਚੱਕ ਲੈਂਦਾ ਇੱਕ ਬਾਈ ਆਇਆ ਵਾ ਮਹਾਂ ਹੀ ਪਾਸੇ ਤੇ ਮੈਂ ਚਲਾ ਕੇ ਦਿਖਾਵਾਂ ਇਹਨਾਂ ਨੂੰ ਹੋਵੇ ਕਿਉਂ ਦੇਖ ਲੋ ਕਿੰਨਾ ਵੱਡਾ ਸੂਆ ਕਹਿੰਦਾ ਇਹ ਤਿੰਨ ਸੂਏ ਨਿਕਲਦੇ ਸੋ ਹਨਾ ਦੇਖ ਲਾ ਚੱਕਣਾ ਨਹੀਂ ਕਿਸੇ ਨੇ ਜੇ ਰੁੜ ਗਿਆ ਇੰਨਾ ਤੇ ਪਾਣੀ ਆ ਲੈ ਜਿੱਥੇ ਇਹਦੇ ਪੰਗ ਲੈਣਾ ਇੱਕ ਬਾਈ ਨੰਗੇ ਹੋ ਹੁੰਦਾ ਵੇਲ ਇੱਕ ਪਹਿਲਾਂ ਮੋਟਰ ਹੈ ਨੰਗੇ ਹੋਰ ਕੋਈ ਇਹ ਸੁਣ ਸੁਣ ਜਮਾਂ ਸੁਣ ਸੁਣਾ ਹੁੰਦੀ ਹੈਡ ਤੇ ਲੋ ਕੋਈ ਸਾਡੇ ਕੋਲ ਵੀ ਇਦਾਂ ਦਾ ਟਰੈਕਟਰ ਸੀਗਾ ਤੁਹਾਡੇ ਕੋਲ ਇਦਾਂ ਦਾ ਟਰੈਕਟਰ ਸੀ ਵੇਲ ਇਹਨਾਂ ਕੋਲ ਵੀ ਇਦਾਂ ਦਾ ਟਰੈਕਟਰ ਸੀ ਉਹ ਨਾ ਵੀਰੇ ਖੜਾ ਦੇ ਕਾਣੂ ਐਵੇਂ ਤੇਲ ਵੀ ਨਾ ਖੜਾ ਦੇ ਵੀਰੇ ਕਾਣੂ ਐਵੇਂ ਤੇਲ ਤਾਂ ਅੱਗੇ ਹੈ ਨਹੀਂ ਵਿਚਾਰੇ ਮੋਟਰ ਹੈ ਚ ਆ ਵੇਲ ਆ ਰਾਜ ਤੂੰ ਨਹੀਂ ਆਏ ਨਹੀਂ ਮੈਂ ਨਹੀਂ ਗਾਇਸ ਉੱਧਰ ਵੇਖੋ ਤੁਸੀਂ ਸਾਡੇ ਇੱਥੇ ਹਰਿਆਲੀ ਹਰਿਆਲੀ ਆ ਹਰਿਆਲੀ ਦਾ ਹਰਿਆਲੀ ਤੂੰ ਹਰਿਆਲੀ ਤੁਕ ਲੈਣਾ ਗਾਈ ਦਾ ਮੋਟਰਸਾਈਕਲ ਜਿਹੜਾ ਮੈਂ ਹੁਣ ਉੱਥੋਂ ਚਲਾ ਕੇ ਲੈ ਕੇ ਆਇਆ ਵਾਂ ਓਏ ਐਵੇਂ ਨਾ ਸੜਦੀ ਵਿੱਚ ਚਾਬੀ ਗਾਈ ਦਾ ਸਾਡੇ ਨਿੱਕੀ ਜੀ ਜਿਹੜੀ ਖੇਤਾਂ ਨੂੰ ਪਾਣੀ ਆਉਂਦਾ ਉੱਧਰ ਸੂਏ ਵੱਡੇ ਸੀ ਉੱਧਰ ਜਾ ਕੇ ਡਰਨ ਲੱਗ ਗਏ ਹੁਣ ਆ ਨਿੱਕਾ ਉਹ ਇੱਥੇ ਜਾ ਕੇ ਵਿੱਚ ਵੜੀ ਜਾਂਦੇ ਦੱਸ ਲੈ ਚੱਲੇ ਹੁਣ ਲੈ ਲਓ ਪੰਗੇ ਜਿਹੜੇ ਲੈਣੇ ਹੁਣ ਘਰੇ ਜਾਣੇ ਆ ਚੀਜ਼ ਦੱਸਦਾ ਜਿਹੜਾ ਉਹ ਮੁੰਡਾ ਜੀ ਉਹ ਪਹਿਲੀ ਵਾਰ ਮੋਟਰਸਾਈਕਲ ਚਲਾ ਕੇ ਵੇਖਣ ਲੱਗਾ ਭਾਈ ਹੈਡ ਤੇ ਵੀ ਪਹਿਲੀ ਵਾਰ ਆਇਆ ਆਂਦਾ ਭਾਈ ਜੀ ਹੈਡ ਤੇ ਪਹਿਲੀ ਵਾਰ ਆਇਆ ਇਹਨੇ ਚਾਬੀ ਫੜ ਲਈ ਆਂਦਾ ਭਾਈ ਮੈਂ ਆਦੀ ਵੇਖੋ ਗਾਈ ਤਾਂ ਥੱਲੇ ਕਰ ਦੇ ਥੱਲੇ ਕਰ ਨਹੀਂ ਵੀਰੇ ਰਹਿਣ ਦੇ ਤੂੰ ਬਾਹਰ ਹੀ ਟਰੈਕ ਚੱਕ ਕੇ ਦਿਖਾਉਂਦੇ ਆ ਪਤਾ ਚੱਕ ਕੀ ਦਿਖਾ ਦੇ ਗਾਈ ਪੈਰ ਨਹੀਂ ਲਾਦੇ ਗਾਈ ਚੱਜ ਨਾ ਆਹ ਇਹਨੂੰ ਵੀ ਨਹੀਂ ਆਉਂਦਾ ਤਾਂ ਇਹਨੂੰ ਵੀ ਚਲਾਉਣਾ ਕੱਲਾ ਇਹਨੂੰ ਤਾਂ ਮੈਨੂੰ ਹੀ ਆਉਂਦਾ ਬਸ ਉਹ 2 ਮਿੰਟ ਫਿਰ ਮੈਂ ਰਹਿ ਗਿਆ ਲੈ ਹੁਣ ਇਹਨੂੰ ਵੀ ਚੱਕ ਕੇ ਦੇਖਣਾ ਤੇਰੇ ਵੀ ਨਹੀਂ ਵੀਰੇ ਪੈਰ ਲਾਦੇ ਇਹ ਕਹਿੰਦੇ ਵੀ ਮੈਂ ਚੱਕ ਕੇ ਵੇਖਣਾ ਵਾ ਚੱਕ ਕੇ ਦੇਖਣਾ ਇਹਦੇ ਇਹਦਾ ਪੈਰ ਇੰਨਾ ਤੇ ਭੋਰਾ ਕਿਦਾਂ ਲੱਗ ਰਿਹਾ 6 ਮਿੰਟਾਂ ਦੇ ਫਿਰਦਾ ਵਾ ਲੈ ਗਾਈ ਮੜੀ ਕੇ ਚਾਬੀ ਓਏ ਪੈਰਾਂ ਦੀ ਨਹੀਂ ਨਹੀਂ ਆ ਗਿਆ ਪਹਿਲਾਂ ਵੀ ਆ ਗਿਆ ਹੁਣ ਚੱਲਦੇ ਘਰੇ ਉਹ ਮੜੀ ਕੇ ਮੜੀ ਦੀ ਗਾਈ ਦਾ ਕੱਤ ਦੇਖੋ ਮੇਰੇ ਇਹ ਛੋਟੇ ਥਾਂ ਦਾ ਚਲਾ ਲੂ ਸਤਰੀ ਕਰ ਦੋ ਚੱਲ ਸਤਰੀ ਕਰ ਨਵੇਂ ਬਲੌਗ ਤੇ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਤੇ ਆ ਸਾਡੇ ਬਲੌਗ ਨੂੰ ਸ਼ੇਅਰ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸੋ ਵੀ ਇਹ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ।